ਅੱਛਾ ਗੱਲ ਸੁਣ ਓਏ ਜੀ, ਸ਼ਰਾਤੀ ਮੇਰਾ ਗੱਲ ਸੁਣ ਤੇ ਦੰਦ ਕੱਢਣ ਲੱਗ ਗੱਲ ਨਹੀਂ ਸੁਣਨੀ, ਉਹ ਸੁਣਾਓ ਜੀ ਸ਼ਾਇਰ। ਹੈਂ ਸ਼ਾਇਰ ਸੁਣਾਓ। ਸ਼ੇਰ ਸੁਣੇਗਾ, ਲੋ ਸ਼ੇਰ ਸੁਣ ਫਿਰ। ਆਹਾ ਸੁਣ ਲੋ ਪਹਿਲੇ। ਹਾਜ਼ਰ। ਕਿ ਤੇਰੇ ਇਸ਼ਕ ਨੇ, ਤੇਰੇ ਇਸ਼ਕ ਨੇ, ਤੇਰੇ ਨਹੀਂ ਪੁੱਤਰ, ਹਾਂਜੀ ਤੇਰੇ ਇਸ਼ਕ ਨੇ ਨਹੀਂ, ਤੇਰੇ ਫੁਰਕ ਨੇ ਹੋ ਸਕਦਾ ਸਿਰਫ, ਤੇਰੇ ਇਸ਼ਕ ਨੇ, ਤੇਰੇ ਇਸ਼ਕ ਨੇ, ਤੇਰੇ ਇਸ਼ਕ ਨੇ ਸਰੂਰ ਕੀਆ ਹੈ ਐਸਾ। ਕੈਸਾ ਜੀ? ਉਹੀ ਦੱਸਣ ਲੱਗਾ, ਰੁਕ ਜਾ ਕੇ ਬੜੀ ਕਾਲੀ ਹੈ ਤੈਨੂੰ, ਕੈਸਾ ਸੁਣ ਵੀ ਗਏ ਕਿ ਤੇਰੇ ਇਸ਼ਕ ਨੇ, ਤੇਰੇ ਇਸ਼ਕ ਨੇ ਸਰੂਰ ਕੀਆ ਹੈ ਆਂਖੋਂ ਮੇਂ ਐਸਾ, ਸਰੂਰ ਕੀਆ ਹੈ ਆਂਖੋਂ ਮੇਂ ਐਸਾ। ਅੱਖਾਂ ਹੁਣ ਪਾਈਆਂ ਮੈਂ ਵਿੱਚ, ਹਾਂਜੀ ਉਹ ਮੀਟਰ ਚ ਨਹੀਂ ਨਾ ਆਂਡੀ ਗੱਲ, ਹਾਂਜੀ ਹਾਂ, ਕਿ ਤੇਰੇ ਇਸ਼ਕ ਨੇ, ਤੇਰੇ ਇਸ਼ਕ ਨੇ, ਤੇਰੇ ਇਸ਼ਕ ਨੇ ਸਰੂਰ ਕੀਆ ਹੈ ਐਸਾ ਐਸਾ। ਯਾਰ ਥੋੜੀ ਗਲਤ ਹੋਣ ਡਈ ਲੈਣ, ਇੱਕ ਮਿੰਟ ਜੇ ਮੈਂ ਸਤਿ ਸ੍ਰੀ ਅਕਾਲ ਸਾਹਿਬ ਬਹਾਦਰ ਜੀ। ਸਤਿ ਸ੍ਰੀ ਅਕਾਲ ਤੇ ਠੀਕ ਆ ਜੀ, ਇਹ ਜਿਹੜਾ ਤੁਸੀਂ ਪਹਿਲਾਂ ਕੀਤਾ ਇਹ ਮਤਲਬ ਕਿ ਗਲਾ ਸਾਫ਼ ਕੀਤਾ ਸੀ? ਇਹ ਖੰਗਾਰਾ ਸੀ, ਖੰਗਾਰਾ ਸੀ, ਖੰਗਾਰਾ ਮਾਰ ਕੇ ਅੰਦਰ ਆਏ ਹੋ, ਤੁਸੀਂ ਕੀ ਸਾਡੇ ਜੇਠ ਹਾੜ ਲੱਗਦੇ ਹੋ ਜੀ? ਜੇਠ ਹਾੜ ਨਹੀਂ ਜੀ, ਜੇਠ ਹਾੜ ਦੀਆਂ ਧੁੱਪਾਂ ਹੁੰਦੀਆਂ। ਜੇਠ ਹਾੜ ਨਹੀਂ ਹੁੰਦਾ, ਜੇਠ ਹਾੜ ਨਹੀਂ ਹੁੰਦਾ ਸਰ, ਕੀ ਹੁੰਦਾ? ਜੇਠ ਸਰ ਕਾਲਾ ਹੁੰਦਾ ਹੈ। ਕਾਲਾ ਹੁੰਦਾ? ਹਾਂਜੀ ਸਰ, ਇਹ ਵੀ ਕਾਲਾ ਹੀ ਹੈ। ਤੈਨੂੰ ਕੀ ਰੰਗ ਬਿਰੰਗਾ ਸੱਤ ਰੰਗਾ ਲੱਗਣ ਡਿਆ? ਹਾਂਜੀ ਉਹ ਯਾਰ ਖਲੋ ਜਾ, ਮੇਰਾ ਸ਼ੇਰ ਰਹਿ ਗਿਆ ਸੀ ਵਿੱਚ। ਹਾਂਜੀ ਸਰ। ਕਿ ਤੇਰੇ ਇਸ਼ਕ ਨੇ ਮੇਰਾ ਸਰੂਰ, ਯਾਰ ਕੀ ਹੀ ਹੈ ਸ਼ੁਰੂ, ਤੇਰੇ ਇਸ਼ਕ ਨੇ ਹਾਂ ਮੇਰਾ ਸਰੂਰ ਕੀਆ ਹੈ ਆਂਖੋਂ ਕਾ ਐਸਾ। ਔਰ ਯਾਰ ਗਲਤ ਨਾ ਕਰ, ਹਾਂ ਸੁਣ, ਤੇਰੇ ਇਸ਼ਕ ਨੇ ਸਰੂਰ ਕੀਆ ਹੈ ਐਸਾ ਐਸਾ ਐਸਾ, ਤੇਰੇ ਇਸ਼ਕ ਨੇ ਸਰੂਰ ਕੀਆ ਹੈ ਐਸਾ ਕੈਸਾ, ਜੈਸੇ ਦੋ ਪੈਗ ਲਗਾ ਕੇ ਮੱਛੀ ਸਾਥ ਮੇਂ ਖਾਈ ਹੋ। ਤੈਨੂੰ ਕੱਲੇ ਨੂੰ ਹੀ ਸਮਝ ਆਇਆ ਜੀ ਬਸ ਬੇਟਾ, ਤੈਨੂੰ ਕਿਉਂ ਨਹੀਂ ਆਇਆ? ਤੇਰਾ ਮੰਦਬੁੱਧੀ ਹੈ ਤੂੰ, ਤੈਨੂੰ ਕਿਉਂ? ਸਿੱਧੀ ਜੀ ਗੱਲ ਹੈ ਕਿ ਤੇਰੇ ਇਸ਼ਕ ਨੇ ਜ਼ਰੂਰ ਕੀਆ ਐਸਾ, ਬਿਲਕੁਲ ਸਰ, ਦੋ ਪੈਗ ਦੇ ਨਾਲ ਮੱਛੀ ਖਾਧੀ, ਕੀ ਮੁਸ਼ਕਲ ਹੈ ਇਹ ਚ ਸਮਝਣ ਚ? ਸਮਝਣ ਚ ਕੀ ਮੁਸ਼ਕਲ ਆ, ਉਹ ਸਮਝਾ, ਕੀ ਨਹੀਂ ਸਮਝਾਇਆ? ਹਾਂ ਬਹੁਤ ਵਧੀਆ, ਬਹੁਤ ਵਧੀਆ, ਸਰੂਰ ਉਦਾਂ ਦਾ ਫੀਲ ਹੋ ਰਿਹਾ ਮੱਛੀ ਵਰਗਾ ਨਾ ਸਰ। ਬਕਵਾਸ ਕਰ ਯਾਰ, ਮੇਰੇ ਸ਼ੇਰਾਂ ਨਾਲ ਥੋੜਾ ਤਮੀਨ ਨਾ ਰਿਹਾ ਕਰੋ। ਹਾਂਜੀ ਡਾਕੂ ਸਾਹਿਬ, ਕੀ ਦੱਸਿਆ ਤੁਸੀਂ? ਆਪਣਾ ਨਾਂ ਕੀ ਦੱਸਿਆ ਪਹਿਲੇ ਉਹ ਦੱਸੋ, ਬੱਚੀ ਗੱਲ ਹੋ ਗਿਆ ਤੂੰ ਸਿੱਧਾ ਹੀ। ਡਾਕੂ ਵਿਸ਼ਨੂੰ ਪ੍ਰਤਾਪ ਰਾਣਾ, ਐਡਾ ਹੋਪ ਕੇ ਦੱਸਣ ਵਾਲੀ ਕਿਹੜੀ ਗੱਲ ਹੈ ਕਿ ਐਡਾ ਤੂੰ ਪ੍ਰੋਫੈਸਰ ਲੱਗਾ? ਜੇ ਤੂੰ ਡਾਕੂ ਆ, ਤੇਰੀ ਪਿਸਤੌਲ ਕਿੱਥੇ ਹੈ? ਆਹੋ ਹੈ, ਤੇਰੀ ਪਿਸਤੌਲ ਕਿੱਥੇ? ਉਹ ਜਦੋਂ ਮੈਂ ਆਉਂਦਾ ਸੀ ਰਾਸਤੇ ਤੇ, ਮੈਂ ਢਾਬੇ ਤੇ ਖਾਣਾ ਖਾਦਾ, ਖਾਣਾ ਖਾਦਾ ਤੇ ਥੋੜੀ ਸੌਫੀ ਵੀ ਖਾ ਕੇ ਆ ਜਾਂਦਾ ਇੱਥੋਂ ਦਾ ਹਵਾੜ ਮਾਰਨ ਦੇ। ਬਸ ਜਦੋਂ ਮੈਂ ਖਾਣਾ ਖਾਦਾ ਤੇ ਸੌਂਫ ਮਿਲੀ ਨਹੀਂ। ਅੱਛਾ ਫੇਰ ਕੀ ਹੋਇਆ ਤੇ ਦੱਸ? ਫੇਰ ਕੀ, ਮੈਂ ਉਹਨਾਂ ਨੂੰ ਕਿਹਾ ਵੀ ਜਿਹੜੇ ਡਾਕੂ ਹੁੰਦੇ ਆ ਇਹ ਪੈਸੇ ਨਹੀਂ ਦਿੰਦੇ। ਅੱਛਾ ਫੇਰ ਕੀ, ਉਹਨਾਂ ਨੇ ਮੈਨੂੰ ਫੜ ਲਿਆ। ਅੱਛਾ ਮੈਨੂੰ ਕੁੱਟਿਆ, ਨਾਲੇ ਮੇਰੀ ਬੰਦੂਕ ਰੱਖ ਲਈ, ਨਾਲੇ ਕਹਿੰਦੇ ਜਦੋਂ ਪੈਸੇ ਮਿਲੇ ਉਦੋਂ ਦੇ ਜੀ, ਫੇਰ ਆਪਣੀ ਬੰਦੂਕ ਲੈ ਜੀ। ਕੈਸਾ ਡਾਕੂ ਸਰ? ਸਹੀ ਗੱਲ ਹੈ, ਕੈਸਾ ਡਾਕੂ ਹੈ, ਮੈਂ ਤਾਂ ਹੈਰਾਨ ਹੋ ਰਿਹਾ ਬਈ ਤੇਰੀ ਦਹਿਸ਼ਤ ਕਿੱਥੇ ਗਈ? ਦਹਿਸ਼ਤ ਮੇਰੀ ਘਾਹ ਚਰਨ ਗਈ। ਓਏ ਮੈਨੂੰ ਇੱਕ ਚੀਜ਼ ਦੱਸ, ਕੀ ਡਾਕੂਆਂ ਕੋਲ ਤਾਂ ਘੋੜੀ ਹੁੰਦੀ ਹੈ, ਤੇਰੇ ਕੋਲ ਘੋੜੀ ਕਿੱਥੇ ਹੈ ਤੇਰੀ? ਡਾਕੂ ਦਾ ਮਿਲਾ ਦਾ ਪੂਰਾ ਰਗੜਾ ਲੱਗਾ ਜੀ ਉੱਥੇ, ਪੂਰਾ ਐਨ। ਉਹ ਘੋੜੀ ਮੇਰੀ ਬਿਮਾਰ ਹੈ ਜੀ। ਬਿਮਾਰ ਹੈ? ਹਾਂ, ਉਹਦੀ ਮੈਂ ਦਵਾਈ ਲੈਣ ਆਇਆ। ਯਾਰ ਜਿੱਦਾਂ ਤੇਰੀ ਸ਼ਕਲ ਹੈ, ਤੂੰ ਆਪਣੇ ਵਾਸਤੇ ਵੀ ਲੈ ਥੋੜੀ ਜਿਹੀ ਦਵਾਈ। ਉਹ ਜੀ ਤੁਸੀਂ ਮੈਨੂੰ 10 ਰੁਪਈਏ ਦਿਓ ਤੇ ਮੈਂ ਮਾੜਾ ਜਿਹਾ ਜਾ ਕੇ ਆਵਾਂ। 10 ਰੁਪਏ ਲੈਣ ਆਇਆ? ਪਹਿਲਾ ਡਾਕੂ ਹੈ ਜੀ ਤੇ ਮੈਨੂੰ ਤਰਸ ਆਇਆ ਵਿਚਾਰਾ, ਦੇਖੋ ਕੈਸਾ ਡਾਕੂ, ਤਰਸਿਆ ਹੋਇਆ ਡਾਕੂ। ਹਾਂਜੀ ਉਹ 10 ਰੁਪਏ ਨਹੀਂ ਹੈਗੇ, ਉਹ ਡਾਕੇ ਡੁਕੇ ਨਹੀਂ ਨਾ ਵੱਜੇ, ਚਪੇੜਾ ਵੱਜ ਗਿਆ, ਥੋੜੀ ਲੱਫੜ ਵੱਜੇ ਤੇ ਉਹ ਕੈਸੇ ਰਹਿਣਗੇ। ਵੈਸੇ ਇੱਕ ਗੱਲ ਆ, ਤੂੰ ਕਹਿੰਦਾ ਤੂੰ ਆਪਣੀ, ਵੈਸੇ ਉਹ ਘੋੜੀ ਦੀ ਦਵਾਈ ਲੈਣ ਆਇਆ, ਉਹਦੇ ਨਾਲੋਂ ਪਹਿਲੇ ਆਪਣੀ ਲੈ, ਜਿਸ ਹਿਸਾਬ ਨਾਲ ਤੈਨੂੰ ਖੰਘ ਨਿਕਲੀ ਹੈ ਨਾ, ਮੈਨੂੰ ਲੱਗਦਾ ਤੈਨੂੰ ਟੀਵੀ ਨਿਕਲਣਾ। ਜਨਾਬ ਜੇ ਟੀਵੀ ਨਿਕਲਿਆ ਅੰਦਰ ਲਵਾ ਲਾਂਗੇ ਜੀ। ਮਰ ਜਾਣਾ ਵਾਲਾ ਟੀਵੀ ਨਹੀਂ ਨਿਕਲਣਾ, ਰਿਪੋਰਟਾਂ 'ਚ ਨਿਕਲਣਾ, ਵਿਸਾਖੀ ਕੂਪਨ 'ਚ ਨਿਕਲਣਾ। ਕਿੱਡਾ ਤੇਰਾ ਫਟੀ ਹੋਈ ਪਰਚੀ ਵਰਗਾ ਮੂੰਹ ਹੈ। ਉਹ ਪੁੱਤਰ ਤੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਏਸੀ ਲਵਾ ਕੇ ਦਵਾਂ ਤੈਨੂੰ, ਨਾਲੇ ਟੀਵੀ ਲਵਾ ਕੇ ਦਵਾਂ, ਕਿੱਡਾ ਤੂੰ ਇੱਥੇ 5-star ਹੋਟਲ 'ਚ ਆਇਆ, ਉਹਨੂੰ ਦੇਖ ਕੇ ਜ਼ਰੂਰ ਮੇਰਾ ਦਿਲ ਕੀਤਾ ਮੈਂ ਇਹਨੂੰ ਵਿਚਾਰੇ ਨੂੰ ਕਿਤੇ ਘਰ ਲਵਾ ਦੇਵਾਂ, ਘਰ ਦਵਾਵਾਂ, ਨਾਲੇ ਏਸੀ ਲਵਾ ਦੇਵਾਂ। ਉਹ ਸਾਹਿਬ ਬਹਾਦਰ ਮੈਨੂੰ 10 ਰੁਪਈਏ ਦਿਓ, ਮੈਂ ਥਨੋ ਨੂੰ ਜਾ ਕੇ ਦਵਾਈ ਦਵਾਉਣੀ ਆ। ਕਿਹਨੂੰ? ਥਨੋ ਨੂੰ ਸਰ। ਅੱਛਾ ਬਸੰਤ ਵੀ ਥਨੋ, ਉਹ ਛੋਲੇ ਫਿਲਮ ਵਾਲੀ? ਹਾਂਜੀ ਹਾਂਜੀ। ਉਹ ਕੁੜੀ ਤੇਰੇ ਕੋਲ ਹੈ? ਹਾਂਜੀ, ਕਦੇ ਉਹਨੂੰ ਛੋਲੇ ਫਿਲਮ ਮਿਲੀ ਸੀ, ਅੱਜ ਕੱਲ੍ਹ ਛੋਲੇ ਖਾਣ ਨੂੰ ਨਹੀਂ ਮਿਲਦੇ ਉਹਨੂੰ।
ਦੇਖ ਲਓ ਤੂੰ ਜੀ ਖਾ ਜਾਂਦਾ ਹੋਣਾ ਉਹ ਸਾਰੇ ਛੋਲੇ ਉਹਦੇ। ਹਾਂਜੀ ਸਰ। ਲੈ ਤੂੰ ਕਹਿ ਦੇ ਨਾ ਪੁੱਤਰ ਮੇਰੇ ਸ਼ੇਰਾਂ ਦੀ ਬੇਇੱਜ਼ਤੀ ਕਰਨ ਡਿਆ ਜੀ। ਇੱਕ ਹੋਰ ਸੁਣ ਫਿਰ। ਸੁਣਾਓ ਸਰ। ਪੂਰਾ ਹੋ ਗਿਆ ਜੀ? ਸੁਣ ਲੈ ਪਹਿਲਾਂ ਕਿ ਰੈਸਟੋਰੈਂਟ ਮੇ ਕਿ ਰੈਸਟੋਰੈਂਟ ਮੇ ਰੈਸਟੋਰੈਂਟ ਮੇ ਬੈਠ ਕਰ ਮੈਨੇ ਉਸਕੀ ਆਂਖੋਂ ਮੇ ਆਂਖੇ ਡਾਲੀ ਔਰ ਬੋਲਾ। ਕਿਆ ਬੋਲਾ? ਕਿਆ ਬੋਲਾ ਸਰ? ਲਾਈਨ ਦੇਖੋ ਕਿੱਡੀ ਲੰਬੀ ਔਰ ਬੰਦੇ ਦੀ ਗੱਲਬਾਤ ਦੇਖੋ ਕਿ ਰੈਸਟੋਰੈਂਟ 'ਚ ਗੱਲ ਕਹੀ ਉਹਨੇ। ਹਾਂਜੀ ਸਰ, ਰੈਸਟੋਰੈਂਟ 'ਚ ਬਹੁਤ ਵੱਡੀ ਗੱਲ ਕਹੀ, ਬਹੁਤ ਵੱਡੀ। ਆ ਡਾਕੂ ਸਾਹਿਬ ਜਰਾ ਧਿਆਨ ਨਾਲ ਸੁਣ ਕੇ ਫਿਰ ਬਕਵਾਸ ਕਰਨੀ ਵਿੱਚ ਕਿ ਰੈਸਟੋਰੈਂਟ ਮੇ ਰੈਸਟੋਰੈਂਟ ਮੇ ਬੈਠੇ ਹੋਏ ਮੈਨੇ ਉਸਕੀ ਆਂਖੋਂ ਮੇ ਆਂਖੇ ਡਾਲ ਕਰ ਯੇ ਬੋਲਾ। ਕਿਆ ਬਾਤ ਹੈ? ਵਾਹ ਵਾਹ, ਕਿਆ ਬੋਲਾ? ਕਿ ਆਂਖੇ ਬੰਦ ਕਰੇਗੀ ਤੋ ਮੁਝੇ ਪਾਏਗੀ। आंखें बंद करेगी मुझे पाएगी। मुझे पाए। आंखें बंद करेगी तो मुझे पाएगी। पाएगी। आठ रोटियां खाएंगी भूखी है और किनिया खाएंगी। दस कैसा? वाह वाह वाह। निकली ना वाह। वाह। पुत्र चंगा की था वाह कहती नहीं तो तेरी ता काट देनी है आज मैं। ता हां निकलनी है तेरी। हाय छोड़ दियो। हाय हाय इथे ना करो इथे पिंसी निकली। ऐदा गणा ही तू। हां जी सर बोली फिर। हां बोली। ਮਸਾ ਮਸਾ ਮਾਹੌਲ ਬਣਿਆ ਸ਼ੇਰ ਦਾ ਤੇ ਹੁਣ ਬੋਲੀ ਪਾ ਕੇ ਖਰਾਬ ਕਰਨਾ। ਹਾਏ ਸਰ ਡਾਕੂ ਸਾਹਿਬ ਨੂੰ ਪੁੱਛੋ ਜੀ ਤੁਹਾਨੂੰ ਬਹੁਤ ਬਿਮਾਰ ਆ ਤੁਸੀਂ ਮੈਨੂੰ ਪੈਸੇ ਦਿਓ ਮੈਂ ਪੈਂਚਰ ਲਾ ਕੇ ਜਾ। ਪਹਿਲੇ ਇਹ ਦੱਸ ਕਿ ਛੋਲੇ ਫਿਲਮ ਵਾਲੇ ਤੈਨੂੰ ਦੇ ਕੇ ਤਾਂ ਗਏ? ਉਹ ਜੀ ਉਹ ਤਾਂਗਾ ਵੇਚ ਕੇ ਸੀ ਕਹਿੰਦੇ ਤੁਹਾਨੂੰ ਤੂੰ ਰੱਖ ਲਾ ਕੀ ਪਤਾ ਤੇਰੇ ਕੰਮ ਆ ਜੇ। ਤੇ ਫਿਰ ਤੇਰੇ ਕੋਲ ਰੱਖੀ ਨਹੀਂ ਗਈ? ਉਹ ਰੱਖੀ ਕਿੱਥੇ ਗਈ ਜੀ, ਬਸ ਉਹ ਵਿਚਾਰੀ ਬਿਮਾਰ ਹੋ ਗਈ, ਮੇਰੇ ਤੋਂ ਸਾਂਭ ਸੰਭਾਲ ਨਹੀਂ ਨਾ ਹੋਈ। ਬੇਟਾ ਤੇਰੇ ਵਰਗਾ ਗੰਦ ਰੋਜ਼ ਢੋਂਦੀ ਰਹਿਣੀ ਹੋਣੀ ਹੈ ਤਾਂ ਬਿਮਾਰ ਹੀ ਹੋਣਾ ਨੇ। ਨਹਾ ਕੇ ਚੜਿਆ ਕਦੀ ਉੱਤੇ ਬੈਠਿਆ ਕਦੀ? ਉਹ ਤਾਂਗਾ ਰੇੜੀ ਨਹੀਂ ਮਿਲੀ ਮੈਨੂੰ। ਹੈ ਤਾਂਗਾ ਰੇੜੀ ਨਹੀਂ ਮਿਲੀ ਮੈਨੂੰ ਤੇ ਥੱਲੇ ਆਏ ਨੇ ਰੇੜੀ ਦੇ, ਫਿਰ ਬਾਅਦ ਚ ਉਹਦੀ ਲੈ ਕੇ ਭੱਜਣਾ ਸੀ ਰੇੜੀ। ਤਾਂਗਾ ਰੇੜੀ ਨਹੀਂ ਮਿਲੀ ਤੈਨੂੰ? ਕਿਤੋਂ ਸਾਬਣ ਮਿਲਦਾ ਬਹੁਤ ਸਾਰਾ, ਉਹ ਖਾ ਤੇ ਉੱਥੋਂ ਪਾਣੀ ਪੀ ਲੈ, ਸ਼ਾਇਦ ਕੋਈ ਫਰਕ ਪਵੇ ਤੇਰੇ। ਹਾਂ ਹਾਂ, ਮੇਰੇ ਨਾਂ ਤੋਂ ਥਾਣਾ ਕੰਮ ਮੇਰੇ ਨਾਲ ਹੀ। ਹਾਂ ਚੱਕ ਲਿਆ ਤੂੰ, ਕੀ ਗੱਲ? ਹਾਂ ਦਾ ਮਤਲਬ ਹਾਂ ਹੁੰਦਾ? ਮੈਂ ਅਫਸਰਾਂ ਨੂੰ ਹਾਂਜੀ ਨਹੀਂ ਬੋਲਿਆ ਜਾਂਦਾ ਤੇਰੇ ਤੋਂ? ਹਾਂਜੀ ਸਾਹਿਬ ਬਹਾਦਰ ਜੀ। ਪੁੱਤਰ ਤੂੰ ਦੁੱਧ ਚ ਮਿਲਾ ਕੇ ਨਾ ਥੋੜੀ ਜਿਹੀ ਲੁੱਕ ਪੀਆ ਕਰ, ਤੇਰਾ ਗਲਾ ਵੀ ਸਾਫ ਹੋਵੇ, ਤੇਰਾ ਮੂੰਹ ਵੀ। ਮੂੰਹ ਉਹਦਾ ਕਿੰਨਾ ਕੁ ਸਾਫ ਕਰਾਉਣਾ, ਜਿੰਨਾ ਮਰਜ਼ੀ ਰਗੜਾ ਲਾਈ ਜਾ, ਇਹਦਾ ਕੋਈ ਫਰਕ ਨਹੀਂ ਪੈਣਾ। ਉਹ ਫਿਰ ਜੇ ਮੈਂ ਲੁੱਕ ਖਾ ਲਈ ਫਿਰ ਲੁੱਕ ਮੂੰਹ ਤੇ ਹੀ ਆਊਗੀ। ਉਹ ਜਾ ਯਾਰ, ਤੇਰੀ ਲੁੱਕ ਹੀ ਖਤਮ ਹੋਈ, ਬੜੀ ਭੈੜੀ ਏ। ਤੈਨੂੰ 10 ਰੁਪਏ ਦੇਣ ਦੀ ਜਗ੍ਹਾ ਨਾ। ਹਾਂਜੀ ਸਰ। ਮੈਂ ਕਹਿੰਦਾ ਇਹਨੂੰ ਅੰਦਰ ਹੀ ਕਰੀਏ ਤੇ ਇਹਦੇ 10 ਪਟੇ ਮਾਰੀਏ ਟਕਾ ਕੇ। ਹਾਂਜੀ ਹਾਂਜੀ ਸਰ। ਫਿਰ ਸੱਚ ਬੋਲੂਗਾ, ਨਾਲੇ ਪਤਾ ਵੀ ਤੂੰ ਲਿਸਟ 'ਚ ਚੈੱਕ ਵੀ ਕਰਕੇ ਆਪਣਾ ਥਾਣੇ 'ਚ ਡਾਕੂ ਦਾ ਨਾਂ ਹੈਗਾ? ਨਹੀਂ ਨਹੀਂ ਨਹੀਂ, ਮੇਰਾ ਲਿਸਟ 'ਚ ਨਾਂ ਹੈ ਹੀ ਨਹੀਂ। ਤੈਨੂੰ ਕਿੱਦਾਂ ਪਤਾ ਤੂੰ ਥਾਣੇ ਲੱਗਾ? ਮੇਰਾ ਕਿਉਂਕਿ ਡਾਕੂ ਡਾਕਾ ਹੀ ਨਹੀਂ ਵੱਜਿਆ। ਤੇ ਪੁੱਤਰ ਇੱਥੇ ਉਹਨਾਂ ਦੇ ਨਹੀਂ ਲਿਖੇ ਜਾਂਦੇ ਕਿ ਜਿਹਨਾਂ ਦੇ ਡਾਕੇ ਨੇ, ਇੱਥੇ ਤੁਹਾਡੇ ਕੰਮ ਦਾ ਹਿਸਾਬ ਨਹੀਂ ਰੱਖਿਆ ਜਾਂਦਾ, ਇੱਥੇ ਸਿਰਫ ਇਹ ਹਿਸਾਬ ਰੱਖਿਆ ਜਾਂਦਾ ਕਿ ਤੁਸੀਂ ਜੁਰਮ ਕਿੰਨੇ ਕੀਤੇ ਆ। ਤੇ ਜਦੋਂ ਡਾਕਾ ਵੱਜੂ ਤੇ ਜੁਰਮ ਹੋਊਗਾ। ਮੈਂ ਕਿਸੇ ਨੂੰ ਹਜੇ ਤੱਕ ਤੰਗ ਹੀ ਨਹੀਂ ਕੀਤਾ, ਜਿੰਨੀ ਵਾਰੀ ਵੀ ਖਾਧੀ ਖੋਲੀ ਖਾਧੀ। ਮੈਂ ਕਿਹਾ ਸੀ ਨਾ ਪੁੱਤਰ, ਮੱਖੀਆਂ ਵੀ ਗੰਦ ਤੇ ਪੈਂਦੀਆਂ ਆ ਕੇ। ਆਵੇ ਦੇਖ ਲੈ, ਸਾਡੇ ਚੋਂ ਕਿਸੇ ਦੇ ਨਹੀਂ ਬੈਠੀ ਤੇ ਸਿੱਧੀ ਤੇਰੇ ਤੇ ਬੈਠੀ ਆ। ਮੰਨ ਲੈ ਇਹਦੇ ਤੋਂ ਉੱਡ ਕੇ ਆਈ ਹੈ ਜੀ। ਨਾ ਨਾ, ਇਹ ਝੂਠ ਹੈ। ਮੈਂ ਤਾਂ ਨਹੀਂ ਦੇਖੀ ਇਹ ਉੱਡ ਕੇ, ਡਾਇਰੈਕਟ ਤੇਰੇ ਵੱਲ ਹੋਈ ਹੈ। ਹੁਣ ਲੱਗਾ ਕਿ ਇੱਧਰ ਕੂੜਾ ਜ਼ਿਆਦਾ, ਇੱਧਰ ਬਹਿ ਜਾਓ। ਇਹ ਪਿਆਰ ਹੈ ਜੀ, ਮੱਖੀਆਂ ਦਾ ਪਿਆਰ ਹੈ ਮੇਰੇ ਨਾਲ। ਕਿੱਦਾਂ ਮੱਖੀਆਂ ਦਾ ਪਿਆਰ ਆ? ਗੋਦ ਲਈਆਂ ਤੂੰ ਮੱਖੀਆਂ, ਮੱਖੀਆਂ ਦਾ ਪਿਆਰ। ਹਾਂਜੀ ਸਰ, ਬੋਲੀ। ਵਾਰੀ ਵਾਰ ਸੀ ਕੱਟਣਗੇ ਸੀ, ਵਾਰੀ ਵਾਰ ਸੀ ਕੱਟਣਗੇ। ਜਦੋਂ ਮੈਂ ਕੱਟਣ ਗਈ ਨਾ ਸਰ, ਉਦੋਂ ਨੂੰ ਮੈਂ ਆਪਣੀ ਫਰੈਂਡ ਨੂੰ ਫੋਨ ਕੀਤਾ, ਮੇਰੀ ਕਲਾਸਮੇਟ ਸੀਗੀ, ਸਹੇਲੀ ਸੀ ਮੇਰੀ। ਹੁਣ ਉਹਦੇ ਵੀ ਬੈਠੀ ਹੈ ਜੀ ਟੋਪੀ ਤੇ। ਮੈਨੂੰ ਪਤਾ ਸੀ ਤੇਰਾ ਇੱਧਰ ਹੀ ਜਾਣਾ ਵਾ। ਉਹ ਛੱਡੋ ਯਾਰ, ਸਾਰੇ ਆਪਣੇ ਥਾਣੇ ਦੀ ਸਫਾਈ ਕਰਾਓ ਜਨਾਬ। ਉਹਦਾ ਮਨ ਕੀਤਾ ਨਾ, ਉਹ ਕਹਿੰਦੀ ਗੰਦ ਜ਼ਿਆਦਾ, ਥੋੜੀ ਸਫਾਈ ਵੱਲ ਚੱਲਾਂ ਮੈਂ। ਆ ਹਾਂ, ਉਹਦਾ ਮਨ ਉਹ ਕੋਈ ਇਨਵਾਇਰਨਮੈਂਟ ਜਿੱਥੇ ਚੰਗਾ ਉੱਥੇ ਆਣਾ ਚਾਹੀਦਾ। ਹਾਂ ਯਾਰ, ਤੇਰੀ ਗੱਲ ਵੀ ਸਹੀ ਹੈ, ਆਪਣਾ ਆਪਣਾ ਸਾਨੂੰ ਥਾਣੇ ਦੀ ਸਫਾਈ ਕਰਨੀ ਚਾਹੀਦੀ ਨਾ, ਇੱਥੇ ਸਾਫ ਸਫਾਈ ਹੋਣੀ ਚਾਹੀਦੀ। ਬਿਲਕੁਲ। ਚੱਲ ਨਿਕਲ ਬਾਹਰ ਇੱਥੋਂ ਦੀ, ਚੱਲ ਬਾਹਰ, ਚੱਲ ਬਾਹਰ ਕੱਢ, ਬਾਹਰ ਕੱਢ, ਬਾਹਰ ਕੱਢ।